ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਪਹੁੰਚੇ ਹਾਂ ਭਾਜਪਾ ਦੇ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਸੀਨੀਅਰ ਲੀਡਰ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਫਿਲਹਾਲ ਇਹਨਾਂ ਕੋ ਆਈਟੀ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਹੈ ਅਸੀਂ ਰਕੇਸ਼ ਗੋਇਲ ਜੀ ਦੇ ਘਰ ਪਹੁੰਚੇ ਹੋਏ ਹਾਂ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਨਾਲ ਇੱਕ ਹਾਦਸਾ ਹੋ ਗਿਆ ਸੀਗਾ ਜਿਸ ਕਰਕੇ ਉਹ ਤਕਰੀਬਨ ਡੇਢ ਮਹੀਨੇ ਤੋਂ ਬੈੱਡ ਤੇ ਨੇ ਲੇਕਿਨ ਇਸ ਦੇ ਬਾਵਜੂਦ ਉਹ ਪਾਰਟੀ ਦੀਆਂ ਗਤੀਵਿਧੀਆਂ ਚ ਆਪਣੇ ਲੈਵਲ ਦੀਆਂ ਜਿਹੜੀ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹਦੇ ਤੇ ਪੂਰੀ ਮਿਹਨਤ ਨਾਲ ਜੁਟੇ ਹੋਏ ਨੇ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਬੀਜੇਪੀ ਨੂੰ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪੰਜਾਬ 'ਚ ਕਿਵੇਂ ਦੇਖਦੇ ਨੇ ਧੰਨਵਾਦ ਜੀ ਪਹਿਲਾਂ ਤਾਂ ਮੇਰੇ ਵੱਲੋਂ ਦੈਨਿਕ ਸਵੇਰਾ ਦੀ ਸਾਰੀ ਟੀਮ ਦਾ ਔਰ ਦੈਨਿਕ ਸਵੇਰਾ ਦੇ ਸਮੂਦਾ 11 ਸਾਲ ਪੂਰੇ ਹੋਣ ਤੇ ਹਾਰਦਿਕ ਸ਼ੁਭਕਾਮਨਾਵਾਂ ਔਰ ਆਨ ਵਾਲਾ ਜਿਹੜਾ ਸਮਾਂ ਹੈ ਦੈਨਿਕ ਸਵੇਰਾ ਆਪਣੀਆਂ ਚਾਹਾਂ ਤੇ ਜਾਏ ਔਰ ਉਹਦੇ ਨਾਲ-ਨਾਲ ਸਾਰਿਆਂ ਨੂੰ ਨਵੰਸ਼ ਦੀਆਂ ਵੀ ਸ਼ੁਭਕਾਮਨਾਵਾਂ ਤੁਸੀਂ ਇੱਕ ਬੜਾ ਅੱਛਾ ਕੁਐਸਚਨ ਪੁੱਛਿਆ ਆ ਪਹਿਲਾਂ ਤਾਂ ਮੈਂ ਦੱਸ ਦਵਾਂ ਕਿ 3 ਦਸੰਬਰ ਨੂੰ ਮਾਨਯੀ ਸਾਡੇ ਸੁਭਾ ਪ੍ਰਧਾਨ ਸ਼੍ਰੀ ਅਸ਼wini ਸ਼ਰਮਾ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਇੱਕ ਨਵੀਂ ਟੀਮ ਅਨਾਉਂਸ ਕੀਤੀ ਸੀਗੀ ਜਿਦੇ ਵਿੱਚ ਉਹਨਾਂ ਨੇ ਅਗਰ ਤੁਸੀਂ ਉਸ ਟੀਮ ਦੇ ਉੱਤੇ ਨਿਗਾਹ ਮਾਰੋ ਤਾਂ ਤੁਹਾਨੂੰ ਬਦਲੀ ਹੋਈ ਭਾਰਤੀ ਜਨਤਾ ਪਾਰਟੀ ਜਿੱਦਾਂ ਕਿ ਆਪਾਂ ਪਹਿਲਾਂ ਕਹਿੰਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਇੱਕ ਲਿਮਟਿਡ ਬਾਨਿਆਰ ਬ੍ਰਾਹਮਣਾ ਦੀ ਪਾਰਟੀ ਕਹੀ ਜਾਂਦੀ ਸੀ ਪਰ ਹੁਣ ਉਹ ਤੁਹਾਨੂੰ ਜਦੋਂ ਤੁਸੀਂ ਉਹਨਾਂ ਨੂੰ ਤਿੰਨ ਨਿਗਾਹ ਮਾਰੋਗੇ ਤਾਂ ਤੁਹਾਨੂੰ ਉਸ ਟੀਮ ਦੇ ਵਿੱਚ ਪੂਰਾ ਪੰਜਾਬ ਨਜ਼ਰ ਆਏਗਾ। ਔਰ ਉਸੇ ਟੀਮ ਦੇ ਵਿੱਚ ਉਹਨਾਂ ਨੇ ਮੈਨੂੰ ਇਸ ਵਰਤਬਾ ਦੁਬਾਰਾ ਫੇਰ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ। ਪਹਿਲਾਂ ਮੈਂ ਮਾਨਣੀ ਆਪਣੇ ਸੁਭਾ ਪ੍ਰਦਾਨ ਹੋ ਸਾਰੀ ਸੀਨੀਅਰ ਲੀਡਰਸ਼ਿਪ ਦਾ ਉਹਨਾਂ ਦੇ ਲਈ ਧੰਨਵਾਦੀ ਹਾਂ। ਪਰ ਅਨਫੋਰਚੂਨੇਟਲੀ ਤੈਂਤ੍ਰਿਕ ਨੂੰ ਹੀ ਮੈਂ ਜਿਸ ਦਿਨ ਟੀਮ ਅਨਾਉਂਸ ਹੋਈ ਲੁਧਿਆਣਾ ਕਨਈਆ ਮਿੱਤਲ ਜੀ ਜੇ ਨਾ ਪਾਸ ਸੰਗੀਤ ਸਮਰਾਟ ਵੀ ਕਹਿੰਦੇ ਉਹਨਾਂ ਦਾ ਇੱਕ ਪ੍ਰੋਗਰਾਮ ਸੀਗਾ ਔਰ ਮੇਰੇ ਉਹ ਫੈਮਿਲੀ ਫਰੈਂਡ ਵੀ ਹੈ ਤੇ ਮੇਰਾ ਉੱਥੇ ਜਾਣਾ ਹੋਇਆ ਤੇ ਉਹਨਾਂ ਦੇ ਪ੍ਰੋਗਰਾਮ ਦੇ ਦੌਰਾਨ ਮੇਰਾ ਪੈਰ ਜਿਹੜਾ ਹੈ ਉਹ ਸਟੇਜ ਤੋਂ ਸਲਿੱਪ ਕਰ ਗਿਆ ਸੀਗਾ ਤੇ ਬੜੀ ਕਿਰਪਾ ਵਾਲੀ ਖਾਟੂ ਸ਼ਾਮ ਜੀ ਦੀ ਕਿ ਮੇਰੇ ਕਿਤੇ ਬਾਡੀ ਤੇ ਹੋਰ ਨਾ ਸੱਟ ਲੱਗ ਕੇ ਮੇਰੇ ਲੈਫਟ ਪੈਰ ਦੇ ਵਿੱਚ ਫੈਕਚਰ ਆਇਆ ਰਿਕਵਰੀ ਤਾਂ ਉੱਥੇ ਕਬਰਾੜ ਜ਼ਰੂਰ ਹੋਈ ਪਰ ਉੱਥੇ ਪੂਰੀ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੀ ਜਿਹੜੀ ਟੀਮ ਸੀਗੀ ਮੈਂ ਉਹਨਾਂ ਦਾ ਧੰਨਵਾਦ ਦਿੰਦਾ ਜਿਨ੍ਹਾਂ ਨੇ ਇਮੀਡੀਏਟਲੀ ਮੈਨੂੰ ਸਪੌਟ ਤੋਂ ਡੀਐਮਸੀ ਪਹੁੰਚਾਇਆ ਔਰ ਮੇਰਾ ਇਮੀਡੀਏਟਲੀ ਟ੍ਰੀਟਮੈਂਟ ਵੀ ਹੋ ਗਿਆ ਡੀਐਮਸੀ ਦੇ ਵਿੱਚ ਸੰਡੇ ਨੂੰ ਮੇਰਾ ਆਪਰੇਟ ਵੀ ਹੋ ਗਿਆ ਸੀਗਾ ਔਰ ਟਿਊਜ਼ਡੇ ਮੈਨੂੰ ਉਹਨਾਂ ਨੇ ਹਸਪੀਟਲ ਤੋਂ ਰਿਲੀਵ ਵੀ ਕਰਤਾ ਪਰ ਆ ਸਾਰੀ ਕਸ਼ਮਕਸ਼ ਦੇ ਵਿੱਚ ਜਦੋਂ ਮੇਰਾ ਆਪਰੇਸ਼ਨ ਹੋ ਗਿਆ ਮੈਂ ਆਈਸੀਯੂ ਚ ਆ ਗਿਆ ਮੈਨੂੰ ਹੋਸ਼ ਆ ਗਈ ਮੈਂ ਮਨ ਚ ਬਾਰ ਬਾਰੀ ਗੱਲ ਆ ਰਹੀ ਸੀਗੀ ਕੀ ਜਿਸ ਤਰੀਕੇ ਦਾ ਮੇਰੇ ਕੋਲ ਡਿਪਾਰਟਮੈਂਟ ਹੈ ਪਾਰਟੀ ਨੇ ਜੋ ਜ਼ਿੰਮੇਵਾਰੀ ਮੇਰੇ ਕੋਲ ਸੌਂਪੀ ਹੈ ਸੋਸ਼ਲ ਮੀਡੀਆ ਅਜ ਦੀ ਡੇਟ ਦੇ ਵਿੱਚ ਹਰ ਇੱਕ ਪੋਲੀਟੀਕਲ ਪਾਰਟੀ ਲਈ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਕੀ ਮੈਂ ਉਸ ਨੂੰ ਸਹੀ ਢੰਗ ਨਾਲ ਨਿਭਾ ਪਾਉਂਗਾ ਕੀ ਪਾਰਟੀ ਦਾ ਕੰਮ ਮੈਂ ਆਪਣੀ ਇਮਾਨਦਾਰੀ ਨਾਲ ਕਰ ਪਾਉਂਗਾ ਇਹੋ ਜੇ ਇਹ ਹੀ ਕੁਐਸਚਨ ਸੀਗੇ ਜਿਹੜੇ ਮੇਰੇ ਬੈੱਡ ਦੇ ਉੱਤੇ ਮੈਨੂੰ ਬਾਰ-ਬਾਰ ਮੇਰੇ ਮਾਈਂਡ ਵਿੱਚ ਆ ਰਹੇ ਸੀਗੇ ਪਰ ਜਿਸ ਤਿਰਕੇ ਦੇ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਔਰ ਸਾਰੀ ਲੀਡਰਸ਼ਿਪ ਕਹੂੰਗਾ ਮੇਨਾ ਮੋੜ ਦੇ ਮੋੜਾਂ ਨਾਲ ਜੋੜ ਕੇ ਖੜੀ ਹੋਈ ਮੇਰੀ ਹੌਸਲਾ ਫਜ਼ਾਈ ਕੀਤੀ ਔਰ ਉਸ ਦੌਰਾਨ ਮਾਨਯੀ ਸਾਡੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਜੀ ਉਹਨਾਂ ਦੇ ਨਾਲ ਸਾਡੇ ਸੂਬੇ ਦੇ ਸੰਗਠਨ ਮਹਾ ਮੰਤਰੀ ਮੰਤਰੀ ਸ਼੍ਰੀ ਨਿਵਾਸ ਲੂ ਜੀ ਸਾਡੇ ਸੂਬੇ ਦੇ ਜਨਨ ਸਕੱਤਰ ਜੀਵਨ ਗੁਪਤਾ ਜੀ ਜਿਹੜੇ ਉਸ ਵੇਲੇ ਲੁਧਿਆਣਾ ਵੀ ਹਸਪੀਟਲ ਚ ਮੇਰੇ ਨਾਲ ਰਹੇ ਅ ਰਾਜੇਸ਼ ਬਾਗਾ ਜੀ ਸਾਡੇ ਸੂਬੇ ਦੇ ਮਹਾ ਮੰਤਰੀ ਜੰਨ ਸਕੱਤਰ ਉਸ ਵਾਰ ਸਕੱਤਰ ਨਿਲ ਸੱਚਰ ਜੀ ਔਰ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਮਹਿੰਦਰ ਭਗਤ ਜੀ ਔਰ ਵੀ ਬਹੁਤ ਵੱਡੇ ਲੀਡਰਸ਼ਿਪ ਜਿਨ੍ਹਾਂ ਨੇ ਈਵਨ ਮੇਰੇ ਘਰ ਆ ਕੇ ਮੇ ਨਾਲ ਦੁੱਖ ਵੀ ਸਾਂਝਾ ਕੀਤਾ ਔਰ ਮੇਰੀ ਹੌਸਲਾ ਫਸਾਈ ਵੀ ਕੀਤੀ ਉਹ ਸਾਰੇ ਕਾਰਨਾ ਕਰਕੇ ਜਿਹੜਾ ਮੈਨੂੰ ਮੋਟੀਵੇਸ਼ਨ ਮਿਲਿਆ ਮੈਂ ਗੱਲ ਹੋਰ ਜੋੜ ਦਵਾ ਔਰ ਮਾਨਯਾ ਦੈਨੀਸ ਸਵੇਰਾ ਦੇ ਅਭਿਸ਼ੇਕ ਵੀਜੀ ਵੀਜੀ ਖੁਦ ਕਰਿਆ ਔਰ ਮੈਨੂੰ ਹੌਸਲਾ ਦੇ ਕੇ ਗਏ ਮੈਨੂੰ ਕਿਹਾ ਤੁਸੀਂ ਡਟੇ ਰਹੋ ਤੁਸੀਂ ਕੰਮ ਬਹੁਤ ਅੱਛਾ ਕਰੋਗੇ ਔਰ ਸਾਰਿਆਂ ਦੀ ਇਨਸਾਨੀ ਦੀ ਮਤਲਬ ਮੋਟੀਵੇਸ਼ਨ ਦੇ ਨਾਲ ਮੈਂ ਉਹ ਕੰਮ ਜਿਹੜਾ ਹੈ ਅੱਜ ਮੈਂ ਮੈਂ ਸੈਟੀਸਫਾਈਡ ਆ ਕਿ ਮੈਂ ਉਹ ਕੰਮ ਜਿਹੜਾ ਪਾਰਟੀ ਦਾ ਕਰ ਪਾ ਰਿਹਾ ਤੁਸੀਂ ਮਤਲਬ ਇਸ ਗੱਲ ਤੋਂ ਸੈਟੀਸਫਾਈਡ ਹੋ ਕਿ ਇਸ ਸਥਿਤੀ ਤੇ ਪਹੁੰਚਣ ਦੇ ਬਾਵਜੂਦ ਲੰਮਾ ਸਮਾਂ ਗੁਜ਼ਰਨ ਦੇ ਬਾਵਜੂਦ ਲੇਕਿਨ 1.5 ਮਹੀਨਾ ਜਦੋਂ ਪਾਰਟੀ ਗਰੋ ਕਰ ਰਹੀ ਹੋਵੇ ਔਰ 1.5 ਮਹੀਨਾ ਉਹਨਾਂ ਦਾ ਇੱਕ ਮੇਨ ਮੈਂਬਰ ਜਿਸ ਨੂੰ ਮੇਨ ਜ਼ਿੰਮੇਵਾਰੀ ਦਿੱਤੀ ਗਈ ਹੋਵੇ ਉਹ ਬੈੱਡ ਤੇ ਪੈ ਜਾਵੇ ਔਰ ਇਸ ਦੇ ਬਾਵਜੂਦ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਆ ਕੇ ਹਾਲ ਪੁੱਛੇ ਔਰ ਹੌਸਲਾ ਅਫਜ਼ਾਈ ਕਰੇ ਤੋ ਕਿਉਂਕਿ ਇਹਨਾਂ ਚੀਜ਼ਾਂ ਤੇ ਜਿੰਨਾ ਟਾਈਮ ਲੱਗਣਾ ਉਹ ਤਾਂ ਲੱਗਣੇ ਲੱਗਣਾ ਹੈ ਇਹ ਤਾਂ ਕਿਸੇ ਦੇ ਕਹਿਣ ਨਾਲ ਜਾਂ ਇਹਦਾ ਇਲਾਜ ਫਾਸਟ ਹੋ ਜੂਵੇ ਤਾਂ ਠੀਕ ਹੋ ਜੂਵੇ ਇਦਾਂ ਨਹੀਂ ਹੋਣਾ ਇਹ ਚ ਜੋ ਟਾਈਮ ਲੱਗਣਾ ਉਹ ਤਾਂ ਲੱਗਣੇ ਲੱਗਣਾ ਹੈ ਤੇ ਤੁਹਾਨੂੰ ਕਿਤੇ ਇਹ ਲੱਗਦਾ ਸੀਗਾ ਕਿ ਕਿਤੇ ਇਹ ਨਾ ਹੋਵੇ ਕਿ ਇਹ ਮੇਰੀ ਜਿਹੜੀ ਹਾਦਸਾ ਹੋ ਗਿਆ ਹੈ ਇਹਦੇ ਕਰਕੇ ਕਿਤੇ ਮੈਨੂੰ ਬਦਲ ਦੇਣ ਜਾਂ ਮੇਰੇ ਮੇਰੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦੇਣ ਨਹੀਂ ਅਗਰ ਮੈਂ ਆਪਣੀ ਲੀਡਰਸ਼ਿਪ ਦੀ ਗੱਲ ਕਰਾਂ ਤਾਂ ਨਹੀਂ ਕਿਉਂਕਿ ਲੀਡਰਸ਼ਿਪ ਜਿਸ ਤਰੀਕੇ ਦੇ ਨਾਲ ਲੀਡਰਸ਼ਿਪ ਮੇਰੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੋਈ ਹੈ ਉਹਨਦੇ ਚ ਮੈਨੂੰ ਇੱਕ ਵੇਲੇ ਵੀ ਨਹੀਂ ਇਹੋ ਜਿਹਾ ਲੱਗਾ ਕਿ ਲੀਡਰਸ਼ਿਪ ਇਹੋ ਜਿਹਾ ਕੁਝ ਸੋਚਦੀ ਹੈ ਪਰ ਹਾਂ ਮੇਰੇ ਮਨ ਚ ਜ਼ਰੂਰ ਆਇਆ ਸੀਗਾ ਕਿ ਅਗਰ ਮੈਂ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰ ਪਾਉਂਗਾ ਡਿਊ ਟੂ ਮੇਰੇ ਫੈਕਚਰ ਪੈਰ ਦੇ ਵਿੱਚ ਫੈਕਚਰ ਹੋ ਗਿਆ ਔਰ ਮੈਂ ਹੀ ਲੀਡਰਸ਼ਿਪ ਨੂੰ ਕਹਾਂਗਾ ਕਿ ਮੈਂ ਆਪਣੇ ਵੱਲੋਂ ਪੂਰਾ ਨਹੀਂ ਦੇ ਪਾ ਰਿਹਾ ਤੇ ਕੋਈ ਟਾਈਮਿੰਗ ਜਾਂ ਤੁਸੀਂ ਉਹਨਾਂ ਲਈ ਕੋਈ ਆਲਟਰਨੇਟ ਚੁਣ ਸਕਦੇ ਹੋ ਪਰ ਲੀਡਰਸ਼ਿਪ ਨੂੰ ਲੱਗਾ ਔਰ ਉਹਨਾਂ ਦੇ ਹੌਸਲੇ ਦੇ ਨਾਲ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਔਰ ਜੋ ਕੰਮ ਮੈਂ ਕਰਨਾ ਚੰਦਾ ਸੀਗਾ ਜੋ ਜਿਵੇਂ ਪਾਰਟੀ ਨੇ ਮੇਰੇ ਉੱਪਰ ਜ਼ਿੰਮੇਵਾਰੀ ਲਾਈ ਹੈ ਉਹਨੂੰ ਬੜੇ ਅੱਛੇ ਢੰਗ ਨਾਲ ਮੈਂ ਅੱਜ ਦੀ ਰੇਡ ਚ ਔਰ ਮੈਂ ਧੰਨਵਾਦ ਕਰਦਾ ਸਭ ਤੋਂ ਵੱਡੇ ਨਾਲ ਹੋਰ ਪੂਰੀ ਆਪਣੀ ਪੰਜਾਬ ਦੀ ਸੋਸ਼ਲ ਮੀਡੀਆ ਟੀਮ ਦਾ ਮੇਰੇ ਸਾਡੇ ਜਿਹੜੇ ਸੰਗਠਨਾਤਮਕ ਜ਼ਿਲ੍ਹੇ ਬਨੇ ਹੁੰਦੇ ਆ ਉਹ 35 ਜ਼ਿਲ੍ਹੇ ਆ ਔਰ 35 ਦੇ 35 ਜ਼ਿਲ੍ਹਿਆਂ ਦੇ ਵਿੱਚ ਸਾਡੀ ਸੋਸ਼ਲ ਮੀਡੀਆ ਟੀਮ ਜਿਹੜੀ ਹੈ ਉਹ ਐਕਟਿਵ ਹੈ ਮੇਰੇ ਨਾਲ ਮੇਰੇ ਸੱਤ ਕੋ-ਕਨਵੀਨਰ ਹੈ ਜਿਨ੍ਹਾਂ ਨੂੰ ਅਸੀਂ ਵਾਈਸ ਪ੍ਰਧਾਨ ਉਹਦਾ ਕਹਿੰਦੇ ਆ ਪਰ ਡਿਪਾਰਟਮੈਂਟ ਵਾਈਜ਼ ਉਹਨਾਂ ਨੂੰ ਆਪਾਂ ਕੋ-ਕਨਵੀਨਰ ਕਹਿੰਦੇ ਆ ਉਸ ਟੀਮ ਦੀ ਮੈਂ ਸਾਰੀ ਉਸ ਟੀਮ ਦਾ ਧੰਨਵਾਦ ਕਰਦਾ ਉਹ ਸਾਰੇ ਜ਼ਿਲ੍ਹਾ ਦੇ ਜਿੰਨੇ ਮੇਰੇ ਕਨਵੀਨਰ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਦੇ ਨੇ ਟੈਲੀਫੋਨ ਕਰਕੇ ਮੈਨੂੰ ਇੱਕੋ ਗੱਲ ਕਹੀ ਕਿ ਅਸੀਂ ਤੁਹਾਡੀਆਂ ਬਾਵਾਵਾ ਤੁਸੀਂ ਚਿੰਤਾ ਨਹੀਂ ਕਰਨੀ ਜਿੰਨੀ ਤੁਹਾਨੂੰ ਫੀਡਬੈਕ ਚਾਹੀਦੀ ਹੈ ਪਹਿਲੇ ਨਾਲੋਂ ਵੀ ਜ਼ਿਆਦਾ ਫੀਡਬੈਕ ਤੁਹਾਨੂੰ ਮਿਲੇਗੀ ਔਰ ਮੈਂ ਹੈਰਾਨ ਆ ਕਿ ਉਸ ਬੱਚਾ ਨੇ ਮੇਰਾ ਇੰਨਾ ਸਾਥ ਦਿੱਤਾ ਕਿ ਛੋਟੀ ਤੋਂ ਛੋਟੀ ਐਕਟੀਵਿਟੀ ਜਿਹੜੀ ਭਾਜਪੀ ਦੀ ਹੈ ਮਤਲਬ ਇੱਕ ਮੰਡਲ ਲੈਵਲ ਤੋਂ ਲੈ ਕੇ ਜ਼ਿਲ੍ਹੇ ਦੇ ਲੈਵਲ ਤੱਕ ਜ਼ਿਲ੍ਹਾ ਲੈਵਲ ਤੋਂ ਲੈ ਕੇ ਪੰਜਾਬ ਲੈਵਲ ਤੱਕ ਜਿੰਨੀ ਵੀ ਐਕਟੀਵਿਟੀਆਂ ਜਿਹੜੀਆਂ ਹੋ ਰਹੀਆਂ ਵਾ ਉਹ ਸਾਰੀ ਦੀ ਸਾਰੀ ਬਹੁਤ ਅੱਛੀ ਕਵਰੇਜ ਕਰਕੇ ਜਿਹੜੀ ਉਹ ਮੈਨੂੰ ਨਾਲ ਦੀ ਨਾਲ ਭੇਜਦੇ ਰਹੇ ਔਰ ਮੈਂ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪਾਉਂਦਾ ਰਿਹਾ ਇਹ ਤਾਂ ਗੱਲ ਹੋਈ ਪਾਰਟੀ ਨਾਲ ਜੁੜੀ ਹੋਈ ਹੁਣ ਆਪਾਂ ਆਨੀਆਂ ਆਮ ਸਮਾਜਿਕ ਜ਼ਿੰਦਗੀ ਦੀ ਇੱਕ ਰੀਲੂ ਜ਼ਿੰਦਗੀ ਦੀ ਆਨੀਆਂ ਆਪਾਂ ਤੇ ਜਦੋਂ ਤੁਹਾਡੇ ਨਾਲ ਇਹ ਹਾਸਾ ਹੋਇਆ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਤਾਂ ਪਾਰਟੀ ਦੀ ਸੀਗੀ ਤੇ ਦੂਜੀ ਜ਼ਿੰਮੇਵਾਰੀ ਪਰਿਵਾਰ ਦੀ ਔਰ ਸਮਾਜ ਦੀ ਹੁੰਦੀ ਹੈ ਤੁਸੀਂ ਇਹ ਸੱਟ ਲੱਗਣ ਤੋਂ ਬਾਅਦ ਜਿਹੜਾ ਤੁਹਾਨੂੰ ਜਿਹੜੇ ਮਹੀਨਾ ਤਕਰੀਬਨ ਜਿਹੜਾ ਬੈੱਡ ਤੇ ਹੋ ਗਿਆ ਤੇ ਇਸ ਦੌਰਾਨ ਤੁਹਾਨੂੰ ਸਮਾਜਿਕ ਤੌਰ ਤੇ ਔਰ ਆਮ ਘਰੇਲੂ ਤੌਰ ਤੇ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਦੇਖੋ ਅ ਅਗਰ ਮੈਂ ਗੱਲ ਕਰਾਂ ਘਰੇਲੂ ਤੌਰ ਤੇ ਪਹਿਲਾਂ ਤਾਂ ਬਜ਼ੁਰਗ ਮਾਪੇ ਹੁੰਦੇ ਆ ਪੈਣਪਰਾ ਹੁੰਦੇ ਆ ਮਿੱਤਰ ਹੁੰਦੇ ਆ ਉਹਨਾਂ ਦਾ ਚਿਹਰੇ ਦੇ ਉੱਤੇ ਅਗਰ ਕੋਈ ਛੱਟ ਲੱਗਣ ਤੋਂ ਬਾਅਦ ਸ਼ਿਕਵਾਪਨ ਜਾਂ ਉਹਨਾਂ ਦੇ ਡਰ ਦਾ ਮਾਹੌਲ ਅਗਰ ਮੈਂ ਦੇਖਦਾ ਤੇ ਪੇਸ਼ੈਂਟ ਖੁਦ ਵੀ ਡੀਮੋਟਿਵੇਟ ਹੁੰਦਾ ਆ ਪਰ ਮੇਰੇ ਜਿਸ ਤਰੀਕ ਨੂੰ ਮੈਂ ਟਿਊਜ਼ਡੇ ਨੂੰ ਛੁੱਟੀ ਲੈ ਕੇ ਆਇਆ ਹਸਪੀਟਲ ਤੋਂ ਮੇਰੇ ਪਰਿਵਾਰ ਨੇ ਜਿਸ ਤਰੀਕੇ ਦੇ ਨਾਲ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ। ਔਰ ਮੈਨੂੰ ਮੋਟੀਵੇਟ ਕੀਤਾ। ਮੈਨੂੰ ਨਹੀਂ ਲੱਗਾ ਕਿ ਮੇਰੇ ਸੱਟ ਲੱਗੀ ਹੋਈ ਹੈ। ਮਤਲਬ ਈਵਨ ਉਹਨਾਂ ਨੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਮੈਂ ਵਾਕਰ ਤੇ ਵੀ ਚੱਲ ਰਿਹਾ ਹਾਂ। ਮਤਲਬ ਇੰਨਾ ਉਹਨਾਂ ਨੇ ਮੋਟੀਵੇਟ ਕੀਤਾ ਕਿ ਉਹਨਾਂ ਨੇ ਆ ਗਿਆ ਕਿ ਪੁੱਲ ਜਾਓ ਤੁਹਾਨੂੰ ਸੱਟ ਲੱਗੀ ਹੈ। ਮਹੀਨਾ ਡੇਢ ਮਹੀਨਾ 2 ਮਹੀਨੇ ਬਾਅਦ ਤੁਸੀਂ ਫਿਰ ਆਪਣੇ ਪੈਰਾਂ ਤੇ ਚੱਲੋਗੇ। ਆ ਤਾਂ ਦੁੱਖ ਸੁੱਖ ਦੀ ਇੱਕ ਚੇਨ ਹੈ। ਉਹ ਚੱਲੀ ਹੋਈ ਹੈ ਅਗਰ ਅਸੀਂ ਜਦੋਂ ਡਾਕਟਰ ਕੋਲ ਜਾਂਦੇ ਆ ਨਾ ਡਾਕਟਰ ਬੜੇ ਪਿਆਰ ਨਾਲ ਸਾਨੂੰ ਕਹਿ ਦਵੇ ਨਾ ਨਹੀਂ ਨਹੀਂ ਯਾਰ ਕੁਝ ਨਹੀਂ ਹੋਇਆ ਤੂੰ ਬਹੁਤ ਜਲਦੀ ਠੀਕ ਹੋ ਜਾਊਗਾ ਤੇ ਉਹ ਪੇਸ਼ੈਂਟ ਨੂੰ ਸਾਈਕੋਲੋਜੀਕਲੀ ਉਹ ਪੇਸ਼ੈਂਟ ਜਲਦੀ ਠੀਕ ਹੋ ਜਾਂਦਾ ਅਗਰ ਅਗਰ ਡਾਕਟਰ ਨੂੰ ਕਹਿ ਦਵੇ ਨਹੀਂ ਯਾਰ ਤੇਰੇ ਅੰਦਰ ਤਾਂ ਆ ਚੀਜ਼ ਆ ਚੀਜ਼ ਆ ਚੀਜ਼ ਹੈ ਉਹ ਪੇਸ਼ੈਂਟ ਜਿਹੜਾ ਡੀਮੋਰਲਾਈਜ਼ ਹੋ ਜਾਂਦਾ ਔਰ ਆਪਣੀ ਬਿਮਾਰੀ ਤੋਂ ਬਹੁਤ ਲੇਟ ਰਿਕਵਰ ਕਰਦਾ ਸੋ ਇਸ ਕਰਕੇ ਪਰਿਵਾਰਕ ਕੋਲੋਂ ਵੀ ਔਰ ਮੇਰੇ ਸਮਾਜਿਕ ਠੀਕ ਹੈ ਸਮਾਜ ਦੇ ਵਿੱਚ ਮੇਰਾ ਵਿਚਰਨਾ ਬੰਦ ਹੋਇਆ ਜ਼ਰੂਰ ਹੈ ਪਰ ਮੇਰੇ ਜਿੰਨੇ ਮੇਰੇ ਸਮਾਜਿਕ ਸਰਕਲ ਦੇ ਲੋਕ ਹੈ ਉਹ ਸਾਰੇ ਮੇਰੇ ਕੋ ਘਰੇ ਆਏ ਆ ਮੇਰੇ ਨਾਲ ਬੈਠੇ ਆ ਮੇਨਾਂ ਉਹਨਾਂ ਨੇ ਆਪਣਾ ਵਕਤ ਵੀ ਬਤਾਇਆ ਤਾਂ ਕਿ ਮੈਨੂੰ ਵੀ ਹੌਸਲਾ ਹੋਵੇ ਔਰ ਰਹੀ ਗੱਲ ਬਿਜ਼ਨਸ ਦੀ ਤੇ ਬਿਜ਼ਨਸ નો ਡਾਊਟ ਇਫੈਕਟ ਹੁੰਦਾ ਪਰ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਸੀਮ ਕਿਰਪਾ ਹੈ ਕਿ ਸਾਰਾ ਕੁਝ ਬੜਾ ਅੱਛਾ ਚੱਲ ਰਿਹਾ ਸਮੂਥਲੀ ਚੱਲ ਰਿਹਾ ਹੈ ਠੀਕ ਹੈ ਗੋਇਲ ਸਾਹਿਬ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਕਿਉਂਕਿ ਤੁਸੀਂ ਡਬਲ ਜ਼ਿੰਮੇਵਾਰੀ ਜਿਹੜੀ ਕਹਿੰਦੇ ਡਬਲ ਵੀ ਕਿਉਂ 트리플 ਜ਼ਿੰਮੇਵਾਰੀ ਜਿਹੜੀ ਹੈ ਤੁਸੀਂ ਸੰਭਾਲ ਰਹੇ ਹੋ ਔਰ ਸੋਸ਼ਲ ਮੀਡੀਆ ਇੱਕ ਵੱਡੀ ਪਾਰਟੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਬਣਾ ਲੇਗੀ ਆਪਣਾ ਹਾਲਾਂਕਿ ਬੀਜੇਪੀ ਦਾ ਨਾਮ ਦਾ ਤਾਂ ਕਹਿਣ ਜਾ ਸਕਦਾ ਕਿ ਵੀ ਨਾਮ ਬਹੁਤ ਪਹਿਲਾਂ ਤੋਂ ਵੱਡਾ ਹੈ ਲੇਕਿਨ ਇਹਦੇ ਚ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਆਧਾਰ ਹੈ ਸੌਰੀ ਨਾਮ ਦੀ ਜਗ੍ਹਾ ਆਧਾਰ ਆਧਾਰ ਜਿਹੜਾ ਹੈ ਉਹ ਪਾਰਟੀ ਬਣਾਉਣ ਜਾ ਰਹੀ ਹੈ ਔਰ ਉਹਦਾ ਤੁਸੀਂ ਹਿੱਸਾ ਹੋ ਇਸ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਤੁਸੀਂ ਇਸ ਜਿਹੜਾ ਮੁਸ਼ਕਲ ਦਾ ਸਮਾਂ ਹੈਗਾ ਇਹਦੇ ਨਾਲ ਵੀ ਲੜਿਓ ਤੇ ਇਹਦੇ ਲਈ ਵੀ ਤੁਹਾਨੂੰ ਬਹੁਤ ਸਾਡੇ ਵੱਲੋਂ ਸਾਡੇ ਜਿਹੜੇ ਬਾਸ ਨੇ ਜਿਨ੍ਹਾਂ ਨੇ ਮਾਲਕਾਂ ਨੇ ਸਾਨੂੰ ਕਿਹਾ ਕਿ ਵੀ ਉਹਨਾਂ ਦੀ ਜਾ ਕੇ ਹੌਸਲਾ ਵਸਾਈ ਕਰਕੇ ਆਓ ਤੇ ਉਹਨਾਂ ਵੱਲੋਂ ਵੀ ਤੁਹਾਨੂੰ ਅਸੀਂ ਇਹ ਹੌਸਲਾ ਦਿੰਨੇ ਆ ਕਿ ਤੁਹਾਨੂੰ ਹੋਰ ਬਲ ਬਖਸ਼ੇ ਰੱਬ ਜਿਹੜਾ ਹੈ ਹੋਰ ਬਲ ਬਖਸ਼ੇ ਤੇ ਤੁਸੀਂ ਆਪਣੀ ਜਿਹੜੀ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਸ ਵੇਲੇ ਆਉਣ ਦਾ ਔਰ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਦਿਨਿਕ ਸਿਹਰਾ ਸਮੂਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹੌਸਲਾ ਵੀ ਦਿੱਤਾ ਔਰ ਅੱਜ ਮੌਕਾ ਦਿੱਤਾ ਆਪਣੇ ਚੈਨਲ ਦੇ ਉੱਤੇ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਰਾਕੇਸ਼ ਗੋਇਲ ਬੀਜੇਪੀ ਦੇ ਆਈਟੀ ਸੈੱਲ ਅਤੇ ਸੋਸ਼ਲ ਮੀਡੀਆ ਦੇ ਇਨਚਾਰਜ ਔਰ ਪਿਛਲੇ ਲੰਮੇ ਸਮੇਂ ਤੋਂ ਜੁੜਾਇਆ ਉਹ ਪਾਰਟੀ ਦੇ ਨਾਲ ਜੁੜੇ ਹੋਏ ਪਾਰਟੀ ਦੀ ਗਤੀਵਿਧੀਆਂ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਨੇ ਦੱਸਿਆ ਕਿ ਪਾਰਟੀ ਨੇ ਇਨਾ ਹਾਲਾਤਾਂ ਦੇ ਵਿੱਚ ਵੀ ਜਦੋਂ ਉਹ ਡੇਢ ਮਹੀਨੇ ਤੋਂ ਬੈਠੇ ਪਏ ਨੇ ਪਾਰਟੀ ਨੇ ਉਹਨਾਂ ਦਾ ਬਿਲਕੁਲ ਪੂਰਾ ਪੂਰਾ ਸਹਿਯੋਗ ਕੀਤਾ ਔਰ ਪਾਰਟੀ ਨੇ ਦੇ ਵੱਡੇ ਲੀਡਰਾਂ ਨੇ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਜਿਹੀ ਹੋਰ ਕਿਸੇ ਸ਼ਖਸੀਅਤ ਦੇ ਨਾਲ ਅਸੀਂ ਫੇਰ ਹਾਜ਼ਰ ਹੋਵਾਂਗੇ ਹੁਣ ਇਜਾਜ਼ਤ ਦਿਓ ਧੰਨਵਾਦ